ਏ ਤੁਸੀਂ ਦੇਖ ਸਕਦੇ ਹੋ ਇਹ ਝੋਨਾ ਝਾੜਨ ਵਾਲੀ ਛੋਟੀ ਮਸ਼ੀਨ ਹੈਗੀ ਐ ਇਹ ਬਹੁਤ ਹੀ ਚੰਗੀ ਹੈ ਕਮਬਾਈਨ ਦੇ ਮੁਕਾਬਲੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 2 HP ਦੀ ਮੋਟਰ ਲੱਗੀ ਹੈ 21 ਨੰਬਰ ਦੀ ਪੁਲੀ ਲੱਗੀ ਹੈ ਅਤੇ ਆਹ ਤਿੰਨ ਫੀਟ ਦਾ ਆਹ ਗੋਲ ਚੱਕਰ ਹੈਗਾ ਇਹ ਪੂਰਾ ਜਿਸ ਦੇ ਵਿੱਚ ਆ ਯੂ ਸ਼ੇਪ ਦੇ ਵਿੱਚ 6 ਇੰਚ ਦੀ ਇਹ ਰੌਡ ਲੱਗੀਆਂ ਹੋਈਆਂ ਛੋਟੀਆਂ-ਛੋਟੀਆਂ ਇਹ 2 ਇੰਚ ਦੇ ਗੈਪ ਤੇ ਲੱਗੀਆਂ ਹੋਈਆਂ ਹਰ ਇੱਕ ਰੌਡ ਇਹ ਝੋਨਾ ਝਾੜਨ ਵਿੱਚ ਬਹੁਤ ਹੀ ਆਸਾਨੀ ਨਾਲ ਤੁਸੀਂ ਝਾੜ ਸਕਦੇ ਹੋ ਅਤੇ ਬਹੁਤ ਹੀ ਫਾਇਦੇਮੰਦ ਹੈ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਵਿੱਚ ਬੜੀ ਆਸਾਨੀ ਨਾਲ ਇੱਕ ਮੁੱਠ ਝੋਨਾ ਆਰਾਮ ਨਾਲ ਕੀ ਅਦੇ 30 ਸੈਕਿੰਡ ਦੇ ਵਿੱਚ ਝੜ ਸਕਦਾ ਹੈ ਦੋ ਬੰਦੇ ਲੱਗੇ ਹੋਏ ਆ ਦੋ ਬੰਦੇ ਕਟਾਈ ਤੇ ਜੇ ਲੱਗ ਜਾਂਦੇ ਦੋ ਬੰਦੇ ਇਸ ਵਿੱਚ ਲੱਗ ਜਾਂਦੇ ਤਾਂ ਤੁਸੀਂ ਦੋ ਦਿਨ ਦੇ ਵਿੱਚ ਇੱਕ ਏਕੜ ਘਟੋ ਘਟ ਇੱਕ ਕਿੱਲਾ ਤੁਸੀਂ ਆਰਾਮ ਨਾਲ ਝਾੜ ਸਕਦੇ ਹੋ ਇਹ ਇਹਦੇ ਵਿੱਚ ਇੱਕ ਹੋਰ ਫਾਇਦਾ ਇਹ ਵੀ ਹੈ ਕਿ ਕਮਬਾਈਨ ਨਾਲ ਜੇ ਝੋਨਾ ਕਦੇ ਆਪਣਾ ਡਿੱਗ ਪਵੇ ਤਾਂ ਕਮਬਾਈਨ ਨਾਲ ਆਪਾਂ ਝਾੜ ਨਹੀਂ ਸਕਦੇ ਇਹਦੇ ਵਿੱਚ ਜੇ ਡਿੱਗ ਬਵੇ ਤਾਂ ਆਪਾਂ ਉਹ ਵੀ ਝਾੜ ਸਕਦੇ ਆ ਇਹਦੇ ਨਾਲ ਇਹ ਬਹੁਤ ਹੀ ਫਾਇਦੇਮੰਦ ਹੈ ਨੇ ਕਮਬਾਈਨ ਦੇ ਮੁਕਾਬਲੇ ਆਪਾਂ ਨੂੰ ਛੋਟੇ ਛੋਟੇ ਏਰੀਆ ਦੇ ਵਿੱਚ ਜੇ ਆਪਾਂ ਨੂੰ ਝੋਨਾ ਝਾੜਨਾ ਹੋਵੇ ਅਤੇ ਬਹੁਤ ਹੀ ਆਸਾਨੀ ਨਾਲ ਘੱਟ ਟਾਈਮ ਦੇ ਵਿੱਚ ਝਾੜ ਸਕਦੇ ਆ